ਬਾਬੇ ਵਜੋਂ ਘੁੱਗੀ ਨੇ ਕਦੋਂ ਆਉਣਾ? ਹਾਂ 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 ਵਾਹ। ਸਾਰਿਆਂ ਨਾਲ ਪਹਿਲਾਂ ਮੈਸੇਜ ਤੁਹਾਡਾ ਸਵਾਲ ਹੀ ਹੈ ਵੀ ਪਾਕਿਸਤਾਨ ਕਦੋਂ ਆਉਣਾ? ਮੈਂ ਆਖੀ ਹੈ ਵੀ ਹੱਥ ਲਾ ਕੇ ਮੁੜਨ ਵਾਲੀ ਗੱਲ ਹੈ, ਉਹ ਤੇ ਨਹੀਂ। ਤੇ ਜਿੱਦਾਂ ਮੇਰੇ ਕੋਲ 5 ਕੁ ਦਿਨ ਦਾ ਬਫਰ ਹੋਇਆ ਨਾ ਵੀ 5 ਦਿਨ ਫ੍ਰੀ ਨੇ, ਮੈਂ ਪੀਂਦਾ ਨਹੀਂ। ਹੈ ਨਹੀਂ ਨਹੀਂ ਪਾਣੇ ਕਦੇ ਹੋ ਸਕਦਾ ਤੁਸੀਂ ਇੱਥੇ ਹੋ ਤੇ ਬੋਤਲ ਨਾ ਪੀ ਕੇ ਜਾਓ। ਮੈਂ ਕਿਹਾ ਇਹ ਵਰਦੀ 'ਚ ਸ਼ਰਾਬੀ ਹੋਏ ਫਿਰਦੇ ਸਾਰੇ। ਅੰਬਰਾਂ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਅੰਬਰਾਂ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਬਾਬਾ ਨਜ਼ਮੀ ਦੇ ਉਹਨਾਂ ਦਾ ਬੜਾ ਖੂਬਸੂਰਤ ਸ਼ੇਰ ਅਤੇ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਆਪਣੀ ਪੰਜਾਬੀਅਤ ਨੂੰ ਲੈ ਕੇ ਪੰਜਾਬੀ ਲਹਿਰ ਦੀ ਟੀਮ ਕੋਸ਼ਿਸ਼ ਕਰਦੀ ਹੁੰਦੀ ਹੈ ਕਿ ਪੰਜਾਬ ਦੇ ਉਹ ਰੰਗ ਜਿਹੜੇ ਨੇ ਉਹ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਉਜਾਗਰ ਕਰਦੇ ਨੇ ਪੂਰੀ ਦੁਨੀਆ 'ਤੇ। ਉਹਨਾਂ ਨਾਲ ਆਪਾਂ ਸੈਸ਼ਨ ਰੱਖੀਦਾ, ਉਹਨਾਂ ਨਾਲ ਗੱਲਬਾਤ ਕਰੀਦੇ, ਜਾਂ ਪਾਕਿਸਤਾਨ ਇੰਡੀਆ ਜਾਂ ਆਪਾਂ ਦੋਵਾਂ ਪੰਜਾਬਾਂ ਦੀ ਗੱਲ ਕਰੀਏ, ਉਹਨਾਂ ਦੀ ਆਪਸੀ ਇੰਟਰੈਕਸ਼ਨ, ਉਹਨਾਂ ਦੇ ਰਵਾਬਤ 'ਤੇ ਆਪਾਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਦੀ, ਐਫਰਟ ਕਰੀਦੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨਾਲ ਮਿਲ ਸਕਣ। ਅੱਜ ਸਾਡੀ ਖੁਸ਼ਕਿਸਮਤੀ ਕਿ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਸਪੁੱਤਰ, ਬਹੁਤ ਵੱਡਾ ਨਾਂ ਪੰਜਾਬੀ ਦਾ ਜਿਹੜੇ ਸਾਡੇ ਚਿਹਰਿਆਂ 'ਤੇ ਮੂੰਹ 'ਤੇ ਰੌਣਕ ਲਿਆਉਣ ਵਾਲੇ, ਇਹ ਗੁਰਪ੍ਰੀਤ ਘੁੱਗੀ ਜੀ। ਸਰ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਦੀ। ਮੇਰੇ ਵਾਸਤੇ ਖੁਸ਼ੀ ਦਾ ਸਬੱਬ ਹੈ ਜੀ ਅੱਜ। ਭਾਅ ਜੀ ਆਪਾਂ ਗੱਲ ਸਟਾਰਟ ਇੱਥੋਂ ਇਸ ਮੌਕੇ 'ਤੇ ਜਿੱਥੇ ਆਪਾਂ ਬੈਠੇ ਹਾਂ, ਆਪਣਾ ਪੰਜਾਬ ਜੀ, ਚੜ੍ਹਦਾ ਪੰਜਾਬ, ਨਲਿੰਦਾ ਪੰਜਾਬ, ਆਪਣਾ ਪੰਜਾਬ, ਉਸ ਥੀਮ ਨੂੰ ਉੱਥੋਂ ਉਹਨੂੰ ਉਸਨੂੰ ਲੈ ਕੇ ਜਦੋਂ ਪਤਾ ਲੱਗਾ ਭਾਅ ਜੀ ਨਹੀਂ ਆਏ, ਅਸੀਂ ਫੌਰੀ ਪਹੁੰਚੇ। ਗੱਲ ਇਹ ਜੀ, ਚੜ੍ਹਦਾ ਤੇ ਲੈਂਦੇ ਜੇ ਇਧਰੋਂ ਚੜ੍ਹਦਾ ਤੇ ਉਧਰ ਲੈਂਦਾ, ਇਹ ਫਿਰ ਸੂਰਜ ਦਾ ਚੱਕਰ ਹੀ ਤਾਂ ਪੂਰਾ ਹੁੰਦਾ ਜੇ ਦੋਵੇਂ ਹੈਗੇ ਨੇ, ਨਹੀਂ ਤੇ ਫਿਰ ਚੜ੍ਹੇਦਾ ਤੇ ਲੈਂਦੇ ਤਾਂ ਪਤਾ ਹੀ ਨਹੀਂ ਲੱਗਦਾ, ਲੈਂਦੇ ਤਾਂ ਪਤਾ ਨਹੀਂ ਲੱਗਦਾ। ਭਾਅ ਜੀ ਪਹਿਲਾਂ ਤਾਂ ਮੈਂ ਸਾਰਿਆਂ ਨਾਲ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਵੀ ਮੌਕਾ ਦਿੱਤਾ। ਪਾਕਿਸਤਾਨ ਦੇ ਵਿੱਚ ਮੈਂ ਪਰਸਨਲੀ ਪਹਿਲਾਂ ਥੋੜ੍ਹਾ ਜਿਹਾ ਆਪਣੀ ਗੱਲ ਸਟਾਰਟ ਕਰਨ ਤੋਂ ਪਹਿਲਾਂ, ਹੁਣ ਭਾਅ ਸਾਡੇ ਕੋਲ ਭਾਅ ਜੀ ਗਿੱਪੀ ਹੋਣੀ ਗਏ ਅਤੇ ਸਾਡੇ ਬਜ਼ੁਰਗ ਜਿਹੜੇ ਨਾ ਉਹ ਉਹਨਾਂ ਨੂੰ ਗਿੱਪੀ ਦਾ ਪਤਾ ਤਾਂ ਹੈ, ਅਰਦਾਸ ਮੂਵੀ ਦਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ। ਕਹਿੰਦੇ ਯਾਰ ਉਹ ਘੁੱਗੀ ਕਦੋਂ ਆਊਗਾ? ਬਾਬੇ ਵੀ ਪੁੱਛਦੇ ਆ, ਬਾਬੇ ਵੀ ਪੁੱਛਦੇ ਘੁੱਗੀ ਨੇ ਕਦੋਂ ਆਉਣਾ? ਸਾਰਿਆਂ ਨਾਲ ਪਹਿਲਾਂ ਮੈਸੇਜ ਤੁਹਾਡਾ ਸਵਾਲ ਹੀ ਹੈ ਵੀ ਪਾਕਿਸਤਾਨ ਕਦੋਂ ਆਉਣਾ? ਮੈਂ ਜ਼ਰੂਰ ਆਉਣਾ ਜੀ, ਮੇਰੇ ਤਾਂ ਤੁਸੀਂ ਨਾ ਛੇੜ ਦਿੰਦੇ ਹੋ ਮੈਨੂੰ, ਤੇ ਮੈਂ ਹੁਣ ਫਿਰ ਮੇਰਾ ਹੁਣ ਕਿਸੇ ਕੰਮ 'ਚ ਜਾ ਕੇ ਜੀ ਨਹੀਂ ਲੱਗਣਾ। ਹੁਣ ਕਿੰਨੇ ਦਿਨ ਮੈਂ ਇਸੇ ਗੱਲ ਨੂੰ ਹੀ ਨਾ ਇਸ ਗੱਲ ਤੋਂ ਉਦਰਿਆ ਰਹਿਣਾ ਵੀ ਮੈਂ ਕਿੱਦਣ ਜਾਣਾ, ਤੇ ਮੇਰਾ ਜੇ ਕਿਸੇ ਵੀ ਸੂਰਤ 'ਚ ਲੇਟ ਵੀ ਹੋ ਰਿਹਾ ਸੀ ਨਾ, ਹੁਣ ਜਾ ਕੇ ਮੈਂ ਪ੍ਰਾਇਓਰਟੀ 'ਤੇ, ਜਿੱਦਣ ਮੇਰੇ ਕੋਲ ਪਹਿਲੇ 5-7 ਦਿਨ ਵਿਹਲੇ ਹੋਏ ਨਾ ਜੀ ਅੱਗੋਂ, ਕਿਉਂਕਿ ਘੱਟੋ ਘੱਟ 4-5 ਦਿਨ ਤਾਂ ਹੋਣੇ ਚਾਹੀਦੇ ਜੀ ਉੱਥੇ, ਐਵੇਂ ਆਖੀਏ ਵੀ ਹੱਥ ਲਾ ਕੇ ਮੁੜਨ ਵਾਲੀ ਗੱਲ ਹੈ, ਉਹ ਤਾਂ ਨਹੀਂ। ਤੇ ਜਿੱਦਣ ਮੇਰੇ ਕੋਲ 5 ਕੁ ਦਿਨ ਦਾ ਬਫਰ ਹੋਇਆ ਨਾ ਵੀ 5 ਦਿਨ ਫ੍ਰੀ ਨੇ ਮੇਰੇ, ਤੇ ਮੈਂ ਤੁਹਾਡੇ ਕੋਲ ਆਇਆ ਲਓ ਉੱਥੇ ਭਾਅ ਜੀ, ਮਾਰੋ ਡਾਰੀ ਆਓ ਤੇ ਆਪਣੇ ਜਿੰਨੇ ਤੁਸੀਂ ਫੈਨ ਤੁਹਾਡੇ ਉਸ ਪਾਸੇ ਆ, ਇਹ ਵੀ ਪੰਜਾਬ ਤੇ ਆਪਣਾ ਕੋਈ ਹੈ, ਇੱਥੇ ਤੁਹਾਨੂੰ ਇੰਨੇ ਫੈਨਸ ਮੈਂ ਕਹਿੰਦਾ ਵੀ ਆਪਾਂ ਸੋਚ ਨਹੀਂ ਸਕਦੇ ਵੀ ਇੰਨੇ ਸਾਨੂੰ ਮੈਸੇਜ ਉਦੋਂ। ਮੈਂ ਢਿੱਲੋਂ ਸਾਹਿਬ ਇੱਕ ਵਾਰੀ ਪਾਕਿਸਤਾਨ ਆਇਆ ਵੀ ਹੋਇਆ, ਪਰ ਮੇਰਾ ਨਾ ਉਦੋਂ ਮਨ ਸੀਗਾ ਵੀ ਮੈਂ ਕੱਲਮ ਕੱਲਾ ਜਾਵਾਂ, ਮੇਰੇ ਨਾਲ ਮੇਰੇ 2 ਕੁ ਦੋਸਤ ਸੀਗੇ ਤੇ ਅਸੀਂ ਕਿਸੇ ਨੂੰ ਦੱਸਿਆ ਨਹੀਂ ਸੀ। ਮੈਨੂੰ ਸੀ ਵੀ ਮੈਂ ਜੇ ਮੇਰੇ ਨਾਲ ਜੇ 10-15 ਲੋਕ ਹੋਏ ਤੇ ਨਾਲ ਸਿਕਿਉਰਿਟੀ ਵਾਲੇ 5-7-10-15 ਜਾਣੇ ਹੋਣ, ਲਾ ਹੀ ਦਿੰਦੀ ਸਰਕਾਰ 2-4 ਬੰਦੇ ਨਾਲ, ਉਹ ਫਿਰ ਨਾ ਤੁਸੀਂ ਵੱਖਰੇ ਜੇ ਦਿਸਣ ਲੱਗ ਪੈਂਦੇ। ਹਾਂ ਫਿਰ ਮੈਂ ਫਿਰਨਾ, ਮੈਂ ਭਾਅ ਜੀ ਲਾਹੌਰ ਆਪ ਕਾਰ ਚਲਾ ਕੇ ਜਦੋਂ ਛੋਟੀ ਨਾਰਕਲੀ ਗਿਆ ਤੇ ਉਹਦਾ ਸਵਾਦ ਹੋਰ ਸੀ ਭਾਅ ਜੀ, ਹੈਨਾ। ਕਿਵੇਂ ਫਿਰ ਲਾਹੌਰ ਦੇ ਨਜ਼ਾਰੇ ਲਏ? ਹਾਂ ਉਹ ਤਾਂ ਭਾਅ ਜੀ ਮੈਂ ਫਿਰਨੀ ਤੇ ਤੁਖ ਮਲੰਗੇ ਵਾਲਾ ਦੁੱਧ ਤੇ ਉੱਥੇ ਇੱਕ ਮਾਲਸ਼ੀਆ ਆ ਗਿਆ ਤੇ ਭਾਜੀ ਉਹ ਜਿਹੜੇ ਕੰਗੜ ਜੇ ਪਾਏ ਨੇ ਬਾਬਾ ਛਣ ਛਣ ਕਰਦੇ ਜਦੋਂ, ਤੇ ਮੈਂ ਪਹਿਲਾਂ ਆਖਾਂ ਵੀ ਸਾਡੇ ਇੱਥੇ ਰਿਵਾਜ਼ ਨਹੀਂ ਹੈਗਾ ਨਾ ਭਾਜੀ ਇੱਦਾਂ ਮਾਲਸ਼ਾਂ ਮੁਲਸ਼ਾਂ ਕਰਾਉਣ ਦਾ, ਤੇ ਮੈਂ ਨਹੀਂ ਯਾਰ ਇੱਦਾਂ ਥੋੜ੍ਹੀ। ਕਹਿੰਦਾ ਨਹੀਂ ਭਾਜੀ ਸਾਡਾ ਰੁਜ਼ਗਾਰ ਇਹ, ਕੋਈ ਤੁਸੀਂ ਇਸ ਮਤ ਸੋਚੋ ਵੀ ਮੈਂ ਇੱਦਾਂ, ਪਰ ਮੈਂ ਯਾਰ ਤੇ ਜਦੋਂ ਉਹ ਕਰ ਗਿਆ ਆਪਣਾ ਕੰਮ, ਕਹਿੰਦਾ ਤੁਸੀਂ ਥੱਕੇ ਹੋਣੇ ਆ, ਤੇ ਮੈਂ ਮਿੰਨਤਾਂ ਕਰ ਹਟਿਆ ਵੀ ਪੈਸੇ ਤੇ ਦੱਸਦੇ ਕਿੰਨੇ। ਕਹਿੰਦਾ ਭੈਣ ਜੇ ਤੁਹਾਡੇ ਕੋਲੋਂ ਪੈਸੇ ਲੈਣੇ ਤੇ ਲਾਹਨਤ ਸਾਡੇ ਫਿਰ ਕੰਮ ਕਰਨ ਦੇ, ਆਹ ਤੇ ਕਹਿੰਦੇ ਅਸੀਂ ਸਵਾਬ ਖੱਟਿਆ ਜੀ ਅੱਜ ਕਹਿੰਦੇ। ਸੋ ਉਹ ਮੁਹੱਬਤਾਂ ਜਿਹੜੀਆਂ ਨੇ ਉਹਦਾ ਕੋਈ ਜਵਾਬ ਹੈ ਭਾਜੀ? ਦੱਸੋ ਮੈਂ ਉੱਥੇ ਇੱਕ ਨਾਕੇ ਤੇ ਗੱਡੀ ਰੋਕੀ ਪੁਲਿਸ ਵਾਲਿਆਂ ਨੇ ਤੇ ਮੈਨੂੰ ਬੜਾ ਚਾਅ ਹੁੰਦਾ ਸੀ ਵੀ ਸ਼ੀਸ਼ਾ ਮੈਂ ਡਾਊਨ ਕਰਦਾ ਹੁੰਦਾ ਸੀ ਵੀ ਵੇਖ ਕੇ ਹੈਰਾਨ ਹੋਣ ਵੀ ਇਹ ਬੰਦਾ ਕੌਣ ਹੈ। ਉਹ ਜਦੋਂ ਮੈਂ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਤੇ ਮੈਨੂੰ ਵੇਖ ਕੇ ਤੇ ਉਹਨੂੰ ਚਾਅ ਹੀ ਚੜ੍ਹ ਗਏ, ਆਹਦੇ ਨਹੀਂ ਭਾਜੀ ਪਹਿਲਾਂ ਤਾਂ ਜਾਣ ਦੇਣੇ ਹੁਣ ਤੇ ਗੱਡੀ ਸਾਈਡ ਤੇ ਲੱਗੇਗੀ। ਮੈਂ ਇਹ ਤਾਂ ਉਲਟਾ ਫਸ ਗਏ ਸੀ, ਉਹਨਾਂ ਗੱਡੀ ਸਾਈਡ ਤੇ ਲਵਾ ਲਈ ਫਿਰ ਮੈਨੂੰ ਸਾਰੇ ਵਾਰੀ ਵਾਰੀ ਆਏ ਮੁਹੱਬਤਾਂ ਦੇਣ ਆਪਣੀਆਂ ਤੇ ਫਿਰ ਮੈਂ ਮਿੰਨਤਾਂ ਕਰ ਹਟਿਆ। ਕਹਿੰਦੇ ਨਹੀਂ ਜੀ ਭੈਣ ਬੋਤਲ ਤੇ ਪੀ ਕੇ ਜਾਣਾ ਪੈਣਾ, ਕੋਲਡ ਡਰਿੰਕ ਨੂੰ ਬੋਤਲ ਕਹਿੰਦੇ ਤੁਹਾਡੇ, ਹੈਨਾ ਸਾਡੇ ਬੋਤਲ ਕਹਿੰਦੇ ਦਾਰੂ ਨੂੰ, ਤੇ ਮੈਨੂੰ ਕਹਿੰਦੇ ਭੈਣ ਬੋਤਲ ਤੇ ਪੀ ਕੇ ਜਾਣੀ ਆ। ਮੈਂ ਨਹੀਂ ਭਰਾ ਮੈਂ ਪੀਂਦਾ ਨਹੀਂ, ਹੈ ਨਹੀਂ ਨਹੀਂ ਭੈਣ ਇਹ ਕਦੇ ਹੋ ਸਕਦਾ ਤੁਸੀਂ ਇੱਥੇ ਹੋ ਤੇ ਬੋਤਲ ਨਾ ਪੀ ਕੇ ਜਾਓ? ਮੈਂ ਕਿਹਾ ਵਰਦੀ 'ਚ ਸ਼ਰਾਬੀ ਹੋਏ ਫਿਰਦੇ ਸਾਰੇ, ਇਹ ਬੋਤਲ ਤੋਂ ਬਿਨਾਂ ਗੱਲ ਹੀ ਨਹੀਂ ਕਰਨ ਡੇ, ਔਨ ਡਿਊਟੀ ਹੈਗੇ ਨੇ। ਮੈਂ ਯਾਰ ਤੁਹਾਨੂੰ ਇੱਥੇ ਔਨ ਡਿਊਟੀ ਤਾਂ ਪੀਣ ਦਿੰਦੇ ਤੁਸੀਂ ਬੋਤਲ ਮੰਗਾ?
ਉਹ ਨਹੀਂ ਨਹੀਂ ਭਾਉ ਜੀ ਆਂਦਾ ਸਾਡੇ ਜਿਹੜਾ ਦੂਜੀ ਠੰਡੇ ਦੀ ਬੋਤਲ ਨੂੰ ਹੀ ਬੋਤਲ ਆਉਂਦੇ ਆ ਇਹ ਮੇਰੇ ਸਾਹ ਚ ਸਾਹ ਆਇਆ ਥੋੜਾ ਜਿਹਾ ਉਧਰ ਤਰ੍ਹਾਂ ਠੇਕੇ ਨੀ ਨਾ ਉਹ ਕੋਲਡ ਡਰਿੰਕ ਦੀਆਂ ਜਿਵੇਂ ਠੇਕੇ ਨੇ ਇਧਰੋਂ ਕੋਲਡ ਡਰਿੰਕ ਦੀਆਂ ਸ਼ਾਪ ਨੇ ਉਹਨਾਂ ਨੂੰ ਬੋਤਲ ਨੂੰ ਕੋਲਡ ਡਰਿੰਕ ਨੂੰ ਬੋਤਲ ਹੀ ਕਹਿਣਾ ਹਾਂਜੀ 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 ਇੱਕ ਉਹ ਪਤਾ ਨੀ ਉਹ ਬੜੀ ਫਿਰ ਸਪੈਸ਼ਲ ਮੰਗਾਈ ਉਹਨਾਂ ਨੇ ਜਿਹੜੀ ਮੈਂਗੋ ਵਾਲੀ ਬੋਤਲ ਕੀ ਅਜਾਨ ਦੀ ਅਜ਼ਾਨ ਦੀ ਸ਼ਜਾਨ ਦੀ ਆ ਫਿਰ ਉਹ ਵੀ ਮੰਗਾਈ ਉਹਨਾਂ ਨੇ ਮੈਂ ਆਹੋ ਉਹਨੂੰ ਇੱਕ ਤੇ ਐਵੇਂ ਹੀ ਮੁੱਕ ਜਾਂਦੀ ਹੈ ਫਿਰ ਮੈਨੂੰ ਇਹ ਵੀ ਦੁੱਖ ਲੱਗਾ ਯਾਰ ਐਵੇਂ ਹੀ ਮੁੱਕ ਜਾਂਦੀ ਹੈ ਇਹ ਤਾਂ ਨੀ ਮੁੱਕਣੀ ਚਾਹੀਦੀ ਕਦੀ ਉਹ ਗਿਲੇ ਗਿਲੇ ਕਰੋ ਫਿਰ ਭਰ ਜੇ ਹਨਾ ਜਦੋਂ ਜਾਦੂ ਕਰਨੇ ਕਹਿੰਦੇ ਗਿਲੇ 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 ਉਹ ਗੜਵਾ ਫਿਰ ਭਰ ਜਾਂਦਾ ਉਹਦਾ ਫਿਰ ਭਰ ਜਾਂਦਾ ਅੱਛਾ ਭਾਜੀ ਇਹ ਤੇ ਜਿਸ ਤਰ੍ਹਾਂ ਇੱਥੇ ਆਪਾਂ ਇਕੱਠੇ ਹੋਏ ਆ ਦੁਬਈ ਦੇ ਵਿੱਚ ਆਪਣਾ ਪੰਜਾਬ ਪ੍ਰੋਗਰਾਮ ਦੇ ਇੱਧਰ ਦੇ ਆਰਟਿਸਟ ਵੀ ਨੇ ਉੱਧਰ ਦੇ ਵੀ ਨੇ ਕਿ ਇਨ ਫਿਊਚਰ ਆਪਾਂ ਵੇਖਦੇ ਆ ਵੀ ਆਪਾਂ ਲਾਹੌਰ ਜਾਂ ਅੰਮ੍ਰਿਤਸਰ ਆਰਟਿਸਟ ਨੂੰ ਲੈ ਕੇ ਇਕੱਠ ਹੋ ਸਕਦਾ ਵਾ ਜਿਸ ਤਰ੍ਹਾਂ ਕਰਤਾਰਪੁਰ ਦੀ ਰਾਹਦਾਰੀ ਤੋਂ ਬਾਅਦ ਬੜੀ ਪੋਜ਼ਿਟਿਵਿਟੀ ਆਈ ਹੈ ਦੋਵਾਂ ਪਾਸੇ ਮੀਡੀਆ ਦੇ ਵਿੱਚ ਵੀ ਇਹ ਦੇਖੋ ਜੀ ਇਹ ਰਾਹਦਾਰੀ ਜਿਹੜੀ ਨਾ ਬਾਬੇ ਨਾਨਕ ਨੇ ਖੋਲ ਦਿੱਤੀ ਇਹ ਕੋਈ ਮੁਲਕ ਨਹੀਂ ਸੀ ਖੋਲ ਸਕਦੇ ਇਹਨੂੰ ਪ੍ਰਧਾਨ ਮੰਤਰੀ ਪਹਿਲੋਂ ਵੀ ਆਏ ਤੇ ਮੁੜ ਕੇ ਵੀ ਆਏ ਤੇ ਆਣੇ ਜਾਣੇ ਨੇ ਇਹ ਜੇ ਬਾਬੇ ਨਾਨਕ ਨੇ ਰਾਹ ਖੋਲਣਾ ਸੀ ਤੇ ਖੁੱਲਣਾ ਹੀ ਸੀ ਇਹਨੂੰ ਕੋਈ ਰੋਕ ਨਹੀਂ ਸਕਦਾ ਸੀ ਹਨਾ ਜੀ ਤੇ ਉਹ ਜਿਹੜੀ ਚੀਜ਼ ਬਣ ਗਈ ਨਾ ਇਹਦੇ ਲਈ ਪਰ ਮੈਂ ਕੁਛ ਵੀ ਕਹਿ ਲਓ ਤੁਸੀਂ ਜਿਹੜੀ ਮੌਜੂਦਾ ਸਰਕਾਰ ਹੈ ਪਾਕਿਸਤਾਨ ਦੀ ਉਹਨੂੰ ਜ਼ਰੂਰ ਅਸੀਂ ਦਿਲੋਂ ਧੰਨਵਾਦ ਦਿੰਦੇ ਹਾਂ ਕਿਉਂਕਿ ਜੇ ਕੋਸ਼ਿਸ਼ਾਂ ਹੀ ਨਾ ਹੁੰਦੀਆਂ ਨਾ ਤੇ ਫਿਰ ਬਾਬੇ ਨਾਨਕ ਦੇ ਸਤਿਕਾਰ ਦਾ ਵੀ ਮਤਲਬ ਨਹੀਂ ਸੀ ਕੋਈ ਬਣਦਾ ਹਨਾ ਜੀ ਉਹਦਾ ਮਤਲਬ ਦੱਸਿਆ ਕਿ ਸਾਡੇ ਅੰਦਰ ਬਾਬੇ ਨਾਨਕ ਲਈ ਕਿੰਨਾ ਰੁਤਬਾ ਕੀ ਸਤਿਕਾਰ ਆ ਉਹਨਾਂ ਵਾਸਤੇ ਤੇ ਇਹ ਇੱਕ ਦੁਨੀਆ 'ਚ ਮਿਸਾਲ ਕਾਇਮ ਹੋ ਗਈ ਕਿਸੇ ਮੈਨੂੰ ਸੰਸਾਰ ਦੇ ਨਕਸ਼ੇ 'ਤੇ ਦੱਸ ਦਿਓ ਵੀ ਇੱਦਾਂ ਮੁਲਕ ਪਾਟੇ ਹੋਣ ਤੇ ਵਿੱਚੋਂ ਫਿਰ 4 ਕਿਲੋਮੀਟਰ ਖੁੱਲ ਜੇ ਕਿਸੇ ਪਾਸੇ ਨੂੰ ਤੇ ਇਹ ਸੰਸਾਰ ਦੇ ਵਿੱਚ ਪਹਿਲੀ ਮਿਸਾਲ ਹੈ ਬਾਬੇ ਨਾਨਕ ਦੀ ਥਿਊਰੀ ਹੈ ਉਹਨਾਂ ਦੀ ਜਿਹੜੀ ਸੋਚ ਹੈ ਜੋ ਉਹਨਾਂ ਨੇ ਦੱਸਿਆ ਸੀ ਸਾਨੂੰ ਅੱਜ ਤੱਕ ਇਹ ਮੈਂ ਹੁਣੇ ਵੀ ਇੱਕ ਪਹਿਲਾਂ ਇੰਟਰਵਿਊ 'ਚ ਗੱਲ ਕੀਤੀ ਵੀ ਕੂੜ ਨੇ ਖੁੱਟੇ ਨਾਨਕ ਔੜਖ ਸੱਚ ਰਹੀ ਸੱਚ ਇਹੀ ਹੈ ਵੀ ਉੱਥੇ ਆਉਣ ਜਾਣ ਨੂੰ ਸਾਨੂੰ ਕੋਈ ਰੋਕ ਨਹੀਂ ਸਕਦਾ ਤੇ ਉਹ ਕੂੜ ਖਤਮ ਹੋ ਗਿਆ ਤੇ ਜਿਹੜਾ ਸੱਚ ਹੈ ਸਾਹਮਣੇ ਆ ਗਿਆ ਸੱਚ ਹੈ ਵੀ ਅਸੀਂ ਜਾਣਾ ਬਾਬੇ ਨਾਨਕ ਦੇ ਘਰ ਤੇ ਸਾਨੂੰ ਉਹਨਾਂ ਨੇ ਸੱਦਣਾ ਆਪ ਵੀ ਆਓ ਮੈਂ ਅਸੀਂ ਕਰਦੇ ਰਹੇ ਨੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ 1947 ਦੀ ਪਾਰਟੀਸ਼ਨ ਵੇਖੀ ਜਿਹੜੇ ਉਦੋਂ ਜਵਾਨ ਸਨ ਹੁਣ ਕਾਫੀ ਸਾਰੇ ਲੋਕ ਪਾਕਿਸਤਾਨ ਦੇ ਵਿੱਚ ਹੈ ਨੇ ਉਹ ਆਉਂਦੇ ਵੀ ਪਹਿਲਾਂ ਤਾਂ ਆਪਾਂ ਜਾਂਦੇ ਹੁੰਦੇ ਸਰ ਟਰਾਲੀਆਂ ਭਰ ਭਰ ਬਾਬੇ ਇਹ ਉਦੋਂ ਇਹ ਨਹੀਂ ਆਖੀਦਾ ਵੀ ਗੁਰਪੁਰਬ 'ਤੇ ਚੱਲੇ ਨੇ ਮੇਲਾ ਵੇਖਣ ਚੱਲੇ ਆ ਬਾਬੇ ਨਾਨਕ ਸਾਡਾ ਉੱਚ ਦਾ ਵੀਰ ਹੈ ਪਹਿਲਾਂ ਇਕੱਠੇ ਸਾਂਝੇ ਮੇਲਾ ਵੇਖਣ ਜਾਂਦੇ ਹੁੰਦੇ ਇੱਦਾਂ ਹੀ ਟਰਾਲੀਆਂ ਭਰ ਭਰ ਹਾਂਜੀ ਹਾਂਜੀ ਤੇ ਉਹ ਮੈਂ ਸਵਾਲ ਸੀ ਮੇਰਾ ਕਿ ਆਇਆ ਜਿਸ ਤਰ੍ਹਾਂ ਇੱਥੇ ਆਰਟਿਸਟ ਇਕੱਠੇ ਹੋਏ ਆ ਬਹੁਤ ਸਾਰੇ ਸਾਡੇ ਦੋਵਾਂ ਪਾਸੇ ਦੇ ਲੋਕ ਵੀ ਨੇ ਜਿਹੜੇ ਇਕੱਠਾ ਦੋ ਆਰਟਿਸਟ ਨੂੰ ਲੈ ਕੇ ਜਿਹੜਾ ਇੱਕ ਮੂਵੀਜ਼ ਵੀ ਬਣਾਉਣਾ ਚਾਹੁੰਦੇ ਨੇ ਜਿਵੇਂ ਗਿੱਪੀ ਨੇ ਕਿਹਾ ਮੈਂ ਜ਼ਰੂਰ ਚਾਹਾਂਗਾ ਕਿ ਪਾਕਿਸਤਾਨ ਇੰਡੀਆ ਦੇ ਆਰਟਿਸਟ ਨੂੰ ਲੈ ਕੇ ਮੂਵੀ ਬਣਾਈ ਜਾਵੇ ਇਕੱਠਾ ਕੰਮ ਕੀਤਾ ਇਨ ਫਿਊਚਰ ਆਪਾਂ ਵੇਖਦੇ ਹਾਂ ਬਿਲਕੁਲ ਜੀ ਮੈਂ ਤਾਂ ਸਿੱਧਾ ਹੁਣ ਸਾਡੀ ਇੱਕ ਫਿਲਮ ਅਮਰਿੰਦਰ ਹੋਣਾ ਨੇ ਕੀਤੀ ਸੀ ਚੱਲ ਮੇਰਾ ਪੁੱਤ ਉਹਦੇ 'ਚ ਫਕਾਰ ਠਾਕੁਰ ਸਾਹਿਬ ਨਾਸਿਰ ਚਨੋਟੀ ਸਾਹਿਬ ਅਤੇ ਇੱਕ ਹੋਰ ਸਾਡੇ ਫਨਕਾਰ ਨੇ ਉਹ ਵੀ ਉਹਦੇ 'ਚ ਆਏ ਸੀ ਅਤੇ ਬਹੁਤ ਕੋਸ਼ਿਸ਼ਾਂ ਇੱਦਾਂ ਦੀਆਂ ਹੋ ਰਹੀਆਂ ਸਾਡੀ ਵੀ ਕੋਸ਼ਿਸ਼ ਹੈ ਮੈਂ ਤਾਂ ਤੁਸੀਂ ਬਿਲੀਵ ਨਹੀਂ ਕਰਨਾ ਅਸੀਂ ਕੈਰੀਅਮ ਜੱਟਾ 2 ਕਰ ਰਹੇ ਸੀ ਸ਼ਾਇਦ ਹਾਂ ਮੈਂ ਉਦੋਂ ਸੁਹੇਲ ਸਾਹਿਬ ਨੂੰ ਫੋਨ ਕੀਤਾ ਵੀ ਮੈਨੂੰ ਤੁਸੀਂ ਫਿਲਮ 'ਚ ਚਾਹੀਦੇ ਚਾਹੀਦੇ ਤੁਸੀਂ ਇਹਦੇ 'ਚ ਆਓ ਜ਼ਰੂਰ ਪਰ ਉਹ ਉਲਝੇ ਇੰਨਾ ਹੋਏ ਨੇ ਮੈਨੂੰ ਲੱਗਦਾ ਉੱਥੇ ਉਹਨਾਂ ਦਾ ਆਪਣਾ ਸ਼ੋਅ ਜਿਹੜਾ ਚੱਲਦਾ ਉਹਦੇ 'ਚ ਬਹੁਤ ਬਿਜ਼ੀ ਨੇ ਤੇ ਉਹ ਕਹਿੰਦੇ ਮੇਰੇ ਕੋਲ ਇੰਨੇ ਦਿਨ ਦਿੱਤੇ ਨਹੀਂ ਜਾਣੇ ਵਰਨਾ ਇਸ ਫਿਲਮ ਤੋਂ ਵੀ ਪਹਿਲਾਂ ਸੁਹੇਲ ਸਾਹਿਬ ਨੇ ਸਾਡੀ ਫਿਲਮ 'ਚ ਆ ਜਾਣਾ ਸੀ ਅਤੇ ਸਾਡੀਆਂ ਕੋਸ਼ਿਸ਼ਾਂ ਹੈਗੀਆਂ ਨੇ ਜ਼ਰੂਰ ਇਹ ਕੰਮ ਕਰਾਂਗੇ ਇਕੱਠੇ ਹੋ ਕੇ ਫਿਰ ਸਾਡੀ ਫਿਲਮ ਆਈ ਸੀ ਕੈਰੀਅਰ ਆ ਦੂਜੀ ਲਾਵਾਂ ਫੇਰੇ ਉਹਦੇ 'ਚ ਮੈਂ ਸਪੈਸ਼ਲੀ ਸੁਹੇਲ ਸਾਹਿਬ ਤੋਂ ਦੁਆਵਾਂ ਮੰਗਾਈਆਂ ਸੀ ਉਸ ਫਿਲਮ ਵਾਸਤੇ ਵੀ ਕਲਿੱਪ 'ਚ ਲਾਇਆ ਸੀ ਅਸੀਂ ਵੀ ਸਾਨੂੰ ਤੁਸੀਂ ਗੁੱਡ ਵਿਸ਼ਿਸ ਦਿਓ ਹੋਰ ਕੁਛ ਨਹੀਂ ਤਾਂ ਇੱਦਾਂ ਤਾਂ ਇੱਕ ਦੂਜੇ ਦੇ ਨਾਲ ਜੁੜੇ ਰਹਿ ਸਕਦੇ ਹਾਂ ਨਾ ਫਿਰ ਉਹਨਾਂ ਨੇ ਫਿਲਮ ਬਣਾਈ ਪੰਜਾਬ ਨਹੀਂ ਜਾਊਂਗੀ ਮੈਂ ਪੰਜਾਬ ਨਹੀਂ ਜਾਊਂਗਾ ਉਹਦੇ ਲਈ ਫਿਰ ਉਹਨਾਂ ਮੈਨੂੰ ਕਿਹਾ ਵੀ ਸਾਨੂੰ ਤੁਸੀਂ ਆਪਣੀਆਂ ਵਿਸ਼ਿਸ ਰਿਕਾਰਡ ਕਰਕੇ ਘੱਲੋ ਫਿਰ ਅਸੀਂ ਉਦੋਂ ਸ਼ੂਟਿੰਗ ਕਰਦੇ ਪਏ ਸੀ ਮੰਜੇ ਬਿਸਤਰੇ ਦੀ ਕੈਨੇਡਾ 'ਚ ਮੈਂ ਤੇ ਗਿੱਪੀ ਸਾਰੀ ਟੀਮ ਨੇ ਫਿਰ ਉਹਨਾਂ ਨੂੰ ਆਪਣੀਆਂ ਗੁੱਡ ਵਿਸ਼ਿਸ ਰਿਕਾਰਡ ਕਰਕੇ ਭੇਜੀਆਂ ਸੋ ਇਹ ਸਾਂਝ ਬੜੀ ਪੁਰਾਣੀ ਚੱਲਦੀ ਆ ਰਹੀ ਹੈ ਮੁੱਕਣੀ ਨਹੀਂ ਕਦੀ ਪਰ ਬਹੁਤ ਜਲਦੀ ਅਸੀਂ ਸਾਂਝੇ ਪ੍ਰੋਜੈਕਟਾਂ ਦੇ ਵਿੱਚ ਸਾਰੇ ਇਕੱਠੇ ਹੋਇਆ ਕਰਾਂਗੇ ਕਿਹੜਾ ਆਰਟਿਸਟ ਪਾਕਿਸਤਾਨ ਦਾ ਸਾਰਿਆਂ ਨਾਲੋਂ ਵਧੀਆ ਲੱਗਦਾ ਦੇਖੋ ਸਾਰੇ ਐਡੇ ਮਤੱਬਰ ਨੇ ਔਰ ਐਡੇ ਮਤਲਬ ਕਾਬਿਲ ਆਰਟਿਸਟ ਨੇ ਉਹਨਾਂ ਦਾ ਇੱਕ ਅੱਧਾ ਨਾਮ ਲੈਣਾ ਤਾਂ ਬੜਾ ਔਖਾ ਪਰ ਮੈਂ ਅੱਜ ਦੀ ਸੀਨੀਓਰਟੀ ਵਾਈਜ਼ ਦੇਖਾਂ ਤੇ ਅਮਾਨੁੱਲਾ ਸਾਹਿਬ ਮੈਂ ਜ਼ਰੂਰ ਚਾਹਾਂਗਾ ਕਿ ਕਦੇ ਸਾਡੇ ਨਾਲ ਇੰਨਾ ਮੌਕਾ ਦੇਣ ਕਿ ਅਸੀਂ ਉਹਨਾਂ ਦੇ ਨਾਲ ਕੰਮ ਕਰ ਸਕੀਏ ਅਤੇ ਸੁਹੇਲ ਸਾਹਿਬ ਕੋਲ ਜਿੱਦਣ ਟਾਈਮ ਹੋਵੇ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ ਜਿੱਦਣ ਸੁਹੇਲ ਸਾਹਿਬ ਅਤੇ ਮੈਂ ਇੱਕ ਸੀਨ 'ਚ ਖਲੋਤੇ ਹੋਵਾਂਗੇ ਨਾ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਬਸ ਬਹੁਤ ਜਲਦ ਉਹ ਵੀ ਪੂਰਾ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ ਵੀ ਅਸੀਂ ਇਕੱਠੇ ਪਰਫਾਰਮ ਕਰ ਰਹੇ ਹਾਂ ਇੱਕ ਸਟੇਜ 'ਤੇ ਜਾਂ ਇੱਕ ਫਿਲਮ ਦੇ ਵਿੱਚ ਪਰ ਫਿਲਮ ਹੋਏਗੀ ਤਾਂ ਮੈਨੂੰ ਜ਼ਿਆਦਾ ਮਜ਼ਾ ਆਏਗਾ ਕਿਉਂਕਿ ਫਿਲਮ ਦੀ ਲਾਈਫ ਹੁੰਦੀ ਹੈ 60 ਸਾਲ ਬਾਅਦ ਵੀ ਕਿਸੇ ਨੇ ਵੇਖਣੀ ਹੈ ਸਾਡੀ ਇੱਕ ਫੋਟੋ ਹੀ ਬੜੀ ਵਾਇਰਲ ਹੋ ਗਈ ਸੀ ਨੈੱਟ 'ਤੇ ਸੁਹੇਲ ਸਾਹਿਬ ਨੇ ਅਤੇ ਮੈਂ ਜੱਫੀ ਪਾਈ ਹੋਈ ਮੈਂ ਉਹਨਾਂ ਦੀ ਬੇਟੀ ਦੀ ਰੁਖਸਤੀ 'ਤੇ ਵੀ ਗਿਆ ਸਾਂ ਅਤੇ ਉਹ ਮਤਲਬ ਉਦੋਂ ਹੀ ਜਦੋਂ ਮੈਂ ਗਿਆ ਹੋਇਆ ਸਾਂ ਉਹਨਾਂ ਦਿਨਾਂ 'ਚ ਰੁਖਸਤੀ ਸੀ ਉਹਨਾਂ ਦੀ ਅਤੇ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ ਸੁਹੇਲ ਸਾਹਿਬ ਅਮਾਨੁੱਲਾ
ਤੇ ਜਿਨ੍ਹਾਂ ਦੇ ਵਿੱਚ ਆਪਣਾ ਸ਼ੌਕੀ ਖਾਨ ਸਾਹਿਬ ਸਭ ਤੋਂ ਪਹਿਲਾਂ ਨਾਮ ਲੈਣਾ ਚਾਹਾਂਗਾ ਉਹਨਾਂ ਦਾ, ਫਿਰ ਮਸਤਾਨਾ ਸਾਹਿਬ, ਔਰ ਮੇਰਾ ਬਹੁਤ ਹੀ ਪਿਆਰਾ ਯਾਰ ਹੁੰਦਾ ਸੀ। ਤੁਸੀਂ ਹੈਰਾਨ ਹੋਵੋਗੇ ਵੀ ਇਹ ਕਿੱਦਾਂ ਜਾਣਦੇ ਹੋਣਗੇ, ਮੇਰਾ ਜਿਗਰੀ ਯਾਰ ਹੁੰਦਾ ਸੀ, ਫੋਨ 'ਤੇ ਗੱਲਾਂ ਹੁੰਦੀਆਂ ਸੀ, ਮਿਲੇ ਇੱਕ ਵਾਰੀ ਸਾਂ ਬੱਬੂ ਬਰਾਲ, ਕਿਆ ਫਨਕਾਰ ਸੀ ਬੰਦਾ ਉਹ, ਕਿਆ ਫਨਕਾਰ ਸੀ। ਆਬਿਦ ਖਾਨ ਸਾਹਿਬ ਉਹ ਵੀ ਬੜੇ ਅੱਛੇ ਆਰਟਿਸਟ ਸੀਗੇ। ਸੋ ਕਦੀ ਮੌਕਾ ਆਵੇ ਵੀ ਅਸੀਂ ਸਾਰੇ ਹੁਣ ਰਲ ਕੇ ਇਕੱਠੇ ਕੰਮ ਕਰੀਏ। ਅੱਛਾ ਬੁਗੀ ਜੀ, ਇੱਕ ਆਪਾਂ ਵੇਖਦੇ ਹਾਂ ਵੀ 70-72 ਵਰਿਆਂ ਤੋਂ ਪਾਰਟੀਸ਼ਨ ਤੋਂ ਪਹਿਲਾਂ ਜਿਵੇਂ ਅਸੀਂ ਲੋਕ ਆਪਸ ਦੇ ਵਿੱਚ ਸਾਂਝੇ ਸਨ ਇਕੱਠੇ ਵੱਸਦੇ ਸੀ, ਇਹ 70 ਵਰਿਆਂ ਤੋਂ ਨਾ ਚਾਹੁੰਦਿਆਂ ਹੋਵੇ ਦੋਵਾਂ ਮੁਲਕਾਂ ਦੇ ਵਿੱਚ ਉਹ ਇੱਕ ਨਫ਼ਰਤ ਜੀ ਮੀਡੀਆ ਮੇਨ ਸਟ੍ਰੀਮ ਦੀ ਗੱਲ ਕਰਦੇ ਹਾਂ ਜਾਂ ਜਿਸ ਤਰ੍ਹਾਂ ਵੀ ਕਰਦੇ ਹਾਂ, ਉਹ ਇੱਕ ਨਫ਼ਰਤ ਜੀ ਭਰ ਦਿੱਤੀ ਗਈ। ਹੁਣ ਪੋਜ਼ਿਟਿਵਿਟੀ ਬੜੀ ਲੋਕਾਂ 'ਚ ਆਈ, ਆਪਸ 'ਚ ਲਾਗੇ ਲੱਗ ਰਹੇ ਨੇ। ਇਨ ਫਿਊਚਰ ਆਪਾਂ ਵੇਖਦੇ ਹਾਂ ਕੀ ਹੋਣਾ ਚਾਹੀਦਾ ਵੀ ਇਹ ਜਿਹੜੇ ਬਾਰਡਰ ਨੇ, ਬਾਰਡਰ ਅਸੀਂ ਆਉਂਦੇ ਹੁੰਦੇ ਵੀ ਰਹਿਣ ਆਪਣੇ ਥਾਂ, ਲੇਕਿਨ ਉਹਨਾਂ ਦੇ ਵਿੱਚ ਬੂਹੇ ਹੋਣੇ ਚਾਹੀਦੇ ਜਿਹੜੇ ਖੁੱਲ੍ਹ ਸਕਣ, ਇੱਧਰੋਂ ਉੱਧਰ ਜਾਣ, ਉੱਧਰੋਂ ਉੱਧਰ ਆਉਣ ਲੋਕ, ਇੱਕ ਦੂਜੇ ਨੂੰ ਮਿਲ ਸਕਣ। ਤੁਸੀਂ ਕੀ ਕਹਿਣਾ ਚਾਹੋਗੇ? ਬੂਹੇ ਹੈਗੇ ਨੇ, ਮੈਂ ਕਹਿੰਦਾ ਵੀ ਨਾ ਬੂਹੇ ਨੂੰ ਜੰਦਰੇ ਨਹੀਂ ਹੋਣੇ ਚਾਹੀਦੇ, ਜਾ ਕੇ ਬੈਲ ਮਾਰੀ ਤੇ ਉੱਧਰੋਂ ਕੋਈ ਕੁੰਡੀ ਖੋਲੇ ਵੀ ਆਓ ਜੀ, ਹਨਾ ਜੀ, ਵੈਲਕਮ ਕਰੇ, ਤੇ ਕੋਈ ਸਾਡੇ ਬੂਹਾ ਖੜਕਾਵੇ ਤੇ ਅਸੀਂ ਜਾ ਕੇ ਇਹੋ ਜਿਹਾ ਭੱਜ ਕੇ ਬੂਹਾ ਲਾ ਕੋਈ ਆਇਆ ਉੱਧਰੋਂ, ਹਨਾ। ਬੂਹੇ ਹੈਗੇ ਨੇ, ਇਹ ਜੰਦਰੇ ਬਹੁਤ ਮੋਟੇ ਮਾਰ ਛੜੇ ਨੇ ਇਹਨਾਂ ਨੇ, ਤੇ ਉਹ ਨਹੀਂ ਹੋਣੇ ਚਾਹੀਦੇ। ਤੇ ਬਾਕੀ ਗੱਲ ਇਹ ਜੀ ਕਿ ਇਹ ਜਿਹੜਾ ਮੈਂ ਅੱਗੇ ਵੀ ਇੱਕ ਇੰਟਰਵਿਊ 'ਚ ਗੱਲ ਕਰਨ ਡਿਆ ਵੀ ਇਹ ਵੰਡਿਆ ਸਿਰਫ ਪੰਜਾਬ ਹੀ ਗਿਆ ਸੀ, ਮੁਲਕ ਨਹੀਂ ਵੰਡੇ ਗਏ ਸੀ, ਤੇ ਪਰ ਉਹ ਬਾਰਡਰ ਵੰਡ ਨਹੀਂ ਸਕਿਆ ਸਾਨੂੰ ਅੱਜ ਤੱਕ ਵੀ। ਤੁਸੀਂ ਦੱਸਿਆ ਨਾ 70 ਸਾਲਾਂ ਬਾਅਦ ਵੀ 70-72 ਸਾਲ ਹੋ ਗਏ ਨੇ, ਤੇ ਮੇਰੇ ਡੈਡੀ ਉੱਧਰੋਂ ਆਏ ਹੋਏ ਨੇ ਉਦੋਂ 6-7 ਸਾਲਾਂ ਦੇ ਹੀ, ਉਹ ਦੱਸਦੇ ਨੇ ਵੀ ਅੱਜ ਵੀ ਮਹੀਨੇ 'ਚ ਜੇ ਮੈਨੂੰ 20 ਦਿਨ ਖੁਆਬ ਆਉਂਦੇ ਨੇ, 10 ਦਿਨ ਨਹੀਂ ਵੀ ਆਉਂਦੇ ਹੋਣਗੇ, ਤੇ 18 ਦਿਨ ਕਹਿੰਦੇ ਮੈਂ ਆਪਣੇ ਕੁੱਲੇ ਵਾਲੀਆਂ ਗਲੀਆਂ 'ਚ ਫਿਰਦਾ ਹੁੰਦਾ, ਜਿੱਥੇ ਜ਼ਿੰਦਗੀ ਉਹਨਾਂ ਦੀ ਬਾਕੀ ਦੀ 70 ਸਾਲ ਦੀ ਲੰਘ ਗਈ, ਉਹ ਨਹੀਂ ਉਹਨਾਂ ਨੂੰ ਪਤਾ। ਤੇ ਅਜੇ ਜਿੱਥੇ 6-7 ਸਾਲਾਂ ਦੇ ਆਏ ਸੀ, ਕਹਿੰਦੇ ਮੈਂ ਕੁੱਲੇ ਦੀਆਂ ਗਲੀਆਂ 'ਚ ਫਿਰਦਾ ਉਹਨਾਂ ਸੁਪਨਿਆਂ 'ਚ। ਅਜੇ ਵੀ ਨਾਰੋਵਾਲ ਪਿੰਡ ਕੁੱਲਾ, ਨਾਰੋਵਾਲ ਤਹਿਸੀਲ ਹੁੰਦੀ ਸੀ, ਹੁਣ ਤਾਂ ਜ਼ਿਲ੍ਹਾ ਬਣ ਗਿਆ, ਅਤੇ ਉਹਦੇ ਨਾਲ ਪਿੰਡ ਸੀ ਕੁੱਲਾ ਮੰਡਿਆਲਾ, ਕਹਿੰਦੇ ਮੈਂ ਅਜੇ ਵੀ ਆਪਣੇ ਕੁੱਲੇ ਦੀਆਂ ਗਲੀਆਂ 'ਚ ਫਿਰਦਾ ਹੁੰਦਾ। ਨਾਨਕਿਆਂ ਦਾ ਪਿੰਡ ਦੱਸ ਦੇ, ਰਸੀਮਵਾਲ ਉਹ ਵੀ ਨਾਰੋਵਾਲ 'ਚ, ਉਹ ਵੀ ਨਾਰੋਵਾਲ ਤਹਿਸੀਲ 'ਚ ਪੈਂਦਾ। ਹਾਂਜੀ, ਬਹੁਤ ਜਲਦ ਅਸੀਂ ਕੋਸ਼ਿਸ਼ ਕਰਾਂਗੇ ਇਹ ਵੀ ਸ਼ੂਟ ਕਰਕੇ ਪਿੰਡ ਵੀ ਤੁਹਾਡਾ ਬਣਾਏ। ਇੱਕ ਹੋਰ ਗੱਲ ਐਂਡ ਰੱਖਣਾ ਚਾਹਾਂਗਾ ਵੀ ਅਸੀਂ ਸਾਡਾ ਬਹੁਤ ਹੀ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ, ਉਹ ਬਜ਼ੁਰਗ ਜਿਹੜੇ ਨੇ ਇੱਥੋਂ ਤੱਕ ਕਿ ਰੋਣ, ਅਸੀਂ ਜਦੋਂ ਵੀਡੀਓਜ਼ ਕਰਨ ਜਾਈਦਾ ਇਮੋਸ਼ਨਲ ਹੋ ਜਾਈਦਾ ਵੀ ਰੋਣ ਲੱਗ ਜਾਂਦੇ, ਯਾਰ ਮੈਨੂੰ ਉਹ ਮੇਰਾ ਬੇਲੀ ਆ ਉੱਧਰ ਉਸ ਪਿੰਡ, ਕਿਤੇ ਕਿਸੇ ਤਰ੍ਹਾਂ ਉਹਦਾ ਪਤਾ ਤਾਂ ਕਰਦੇ, ਰਾਬਤੇ ਟੁੱਟੇ ਨੇ। ਕਿਆ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਉਹ ਵੰਡ ਵੇਖੀ ਹੁਣ 80-85 ਸਾਲ ਦੇ ਨੇ, ਉੱਧਰ ਵੀ ਤੇ ਇੱਧਰ ਵੀ, ਉਹਨਾਂ ਨੂੰ ਆਉਣ ਜਾਣ ਦੀ ਇਜਾਜ਼ਤ ਤਾਂ ਹੋਣੀ ਚਾਹੀਦੀ। ਬਿਲਕੁਲ ਬੇਸ, ਇਹ ਤਾਂ ਕਾਨੂੰਨ ਹੋਣਾ ਚਾਹੀਦਾ, ਜਿਹੜਾ 70 ਸਾਲ ਤੋਂ ਉੱਪਰ ਦਾ ਹੋ ਗਿਆ ਕੀ ਵਿਗਾੜ ਦੇਗਾ ਕਿਸੇ ਦਾ ਯਾਰ, ਇੱਕ ਏਜ ਬਾਰ ਰੱਖ ਲਓ। ਔਰ ਵੈਸੇ ਵੀ ਜਿਹੜੇ ਹੁਣ ਬਜ਼ੁਰਗ ਉੱਧਰੋਂ ਆਏ ਨੇ ਨਾ, ਉਹ ਸਾਰੇ 75 ਤੋਂ ਉੱਪਰ ਦੇ ਹੀ ਨੇ, ਮਤਲਬ ਉਹਦੇ ਕੋਲ 3 ਸਾਲਾਂ ਦਾ ਵੀ ਹੋਏਗਾ ਤੇ ਮਤਲਬ 75 ਸਾਲ ਤੋਂ ਲੰਘ, ਏਜ ਬਾਰ ਰੱਖ ਦਿਓ ਵੀ 75 ਤੋਂ ਉੱਪਰ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦੋਵਾਂ ਮੁਲਕਾਂ 'ਚ ਮਿਲ ਸਕਦਾ। ਕੁਛ ਨਹੀਂ ਉਹਨਾਂ ਨੂੰ ਨੁਕਸਾਨ ਕੀ, ਵਿਚਾਰੇ ਬਜ਼ੁਰਗ ਬੰਦੇ ਦੁਆਵਾਂ ਹੀ ਦੇ ਕੇ ਜਾਣਗੇ, ਹੋਰ ਕੀ ਦੇ ਜਾਣਗੇ ਜਾਂ ਕੀ ਲੈ ਜਾਣਗੇ ਤੁਹਾਡੇ ਕੋਲੋਂ, ਪਿਆਰ ਲੈ ਜਾਣਗੇ, ਦੁਆ ਦੇ ਜਾਣਗੇ, ਤੇ ਮਾੜਾ ਸੌਦਾ ਨਹੀਂ ਹੈਗਾ। ਪਾਕਿਸਤਾਨੀ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋ? ਪਾਕਿਸਤਾਨੀ ਆਵਾਮ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਐਡੀ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ, ਇਹ ਪੋਲੀਟੀਕਲ ਲੋਕਾਂ ਨੇ ਇਹ ਵਖਰੇਵੇਂ ਪਾ ਕੇ ਰੱਖਣੇ ਤੇ ਉਹਨਾਂ ਦੀ ਹੱਟੀ ਚੱਲਣੀ ਹੈ। ਸੋ ਦੁਕਾਨਦਾਰੀ ਹੈ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਕਿਉਂ ਇੱਦਾਂ ਕਰਦੇ ਨੇ, ਕਿਉਂਕਿ ਇਹ ਅੱਜ ਦਾ ਨਹੀਂ, ਸਦੀਆਂ ਸਾਲਾਂ ਤੋਂ ਇਹੀ ਚੀਜ਼ ਚੱਲਦੀ ਆ ਰਹੀ ਹੈ ਔਰ ਇਹ ਹੋਣੀ ਹੈ। ਉਹਦੇ ਵਿੱਚ ਆਪਾਂ ਆਪਣੀ ਜੰਗ ਜਾਰੀ ਰੱਖਣੀ, ਜਿਹੜੀ ਜੰਗ ਦੇ ਥੱਲੇ ਜੰਗ ਹੈ ਨਾ ਉਹ ਜਾਰੀ ਰੱਖਣੀ ਹੈ, ਉਹ ਜਿਹੜਾ ਇੱਕ ਮੁਹੱਬਤ ਦਾ ਯੁੱਧ ਹੈ ਉਹ ਨਹੀਂ ਮੁੱਕਣਾ ਚਾਹੀਦਾ। ਸੋ ਇਹ ਜੱਫੀਆਂ ਇੱਕ ਦਿਨ ਪੈਣੀਆਂ ਨੇ, ਇਹ ਰਾਹ ਖੁੱਲ੍ਹਣੇ ਨੇ, ਓਪਨ ਹੀ ਹੋ ਜਾਣਾ ਸਾਰਾ ਕੁਛ, ਅਤੇ ਫਿਰ ਅਸੀਂ ਜਿਹੜੀ ਆ ਦੁਪਹਿਰ ਦੀ ਰੋਟੀ ਤੁਹਾਡੇ ਕੋਲੋਂ ਖਾ ਕੇ ਅਤੇ ਲੋਡੇ ਵਾਲੀ ਦੀ ਚਾਹ ਅਸੀਂ ਇੱਧਰ ਪੀਆ ਕਰਨਾ। ਕਿਆ ਬਾਤ! ਅੱਛਾ, ਐਂਡ 'ਤੇ ਜੀ, WPO ਵਰਲਡ ਪੰਜਾਬੀ ਔਰਗਨਾਈਜੇਸ਼ਨ ਦੇ ਪਲਾਨ ਬੀ ਦਾ ਇਹ ਜਿਹੜਾ ਵਿਸ਼ਰਕਾ ਸੀ ਈਵੈਂਟ, ਇਹਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਪਲਾਨ ਬੀ ਨੇ, ਮੈਂ ਸਮਝਦਾ ਕਿ ਵਾਕਈ ਦੋ ਮੁਲਕਾਂ ਨੂੰ ਨਹੀਂ, ਪੰਜਾਬੀ ਨੂੰ ਇੱਕ ਪਲੈਟਫਾਰਮ 'ਤੇ ਇਕੱਠੇ ਕਰਨ ਦੀ ਦੁਆਰਾ ਕੀਤੀ, ਪੂਰੀ ਪੰਜਾਬੀਅਤ ਨੂੰ ਕੋਸ਼ਿਸ਼ ਕੀਤੀ ਇੱਕ ਪਲੈਟਫਾਰਮ 'ਤੇ ਇਕੱਠੇ ਕਰਨ ਦੀ। ਸੋ ਹਰਮੀਤ ਸਿੰਘ ਹੋਣਾ ਨੂੰ ਮੈਂ ਬਹੁਤ ਧੰਨਵਾਦ ਦਿੰਦਾ ਇਸ ਕੰਮ ਲਈ, ਔਰ ਪੰਜਾਬੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਆਪਣੀਆਂ ਜੜ੍ਹਾਂ ਜਿਹੜੀਆਂ ਨੇ ਉਹ ਜੇ ਅਸੀਂ ਵੱਢ ਕੇ ਬਹਿ ਜਾਂਗੇ ਤਾਂ ਫਿਰ ਨਿੱਕੀ ਜਿਹੀ ਨੇਰੀ ਨੇ ਵੀ ਸੁੱਟ ਦੇਣਾ ਤੁਹਾਨੂੰ, ਉੱਤੋਂ ਭਾਵੇਂ ਕਿ ਤੁਹਾਨੂੰ ਵੱਢ ਕੇ ਤੁਰ ਜੇ, ਜੜ੍ਹਾਂ ਕਾਇਮ ਰਹਿਣ ਤੋਂ ਫਿਰ ਪੁੰਗਰ ਪੈਂਦੇ ਆ ਦਰਖਤ, ਜੜ੍ਹਾਂ ਲੱਗੀਆਂ ਰਹਿਣ ਦਰਖਤ ਪੁੰਗਰ ਪੈਂਦੇ, ਜੜ੍ਹਾਂ ਵੱਡੀਆਂ ਗਈਆਂ ਅਤੇ ਹਰਿਆਲੇ ਦਰਖਤ ਵੀ ਜਿਹੜੇ ਆ ਢਹਿ ਪੈਂਦੇ ਨੇ। ਸੋ ਉਹ ਨਹੀਂ ਆਪਾਂ ਕੰਮ ਕਰਨਾ, ਆਪਣੀ ਜ਼ਬਾਨ ਨੂੰ, ਆਪਣੇ ਕਲਚਰ ਨੂੰ, ਵਿਰਸੇ ਵਿਰਾਸਤ ਨੂੰ ਮੁਹੱਬਤ ਕਰਦੇ ਰਹੋ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਹ ਦੇ ਕੇ ਜਾਇਓ, ਵਰਨਾ ਤੁਹਾਡੀਆਂ ਨਸਲਾਂ ਨੂੰ ਗੋਲੇ ਬਰੂਦ ਬੰਬ ਨਫ਼ਰਤਾਂ ਗਾਲਾਂ ਲਾਹਨਤਾਂ ਦੇ ਕੇ ਜਾਣ ਵਾਲੇ ਬਹੁਤ ਫਿਰਦੇ ਜੇ, ਉਹਨਾਂ ਕੱਢ ਕੇ ਫੜਾ ਜਾਣੀਆਂ ਝੋਲੇ 'ਚ, ਤੁਸੀਂ ਪਹਿਲਾਂ ਝੋਲੀ ਭਰ ਦਿਓ ਉਹਨਾਂ ਦੀ ਇੰਨਾ ਤਹਿਜ਼ੀਬ ਦੇ ਨਾਲ, ਮੁਹੱਬਤ ਦੇ ਨਾਲ। ਕੁਕੀ ਜੀ, ਬਹੁਤ ਜਲਦ ਮਿਲਦੇ ਹਾਂ ਆਪਾਂ ਪਾਕਿਸਤਾਨ, ਜ਼ਰੂਰ ਜ਼ਰੂਰ ਜ਼ਰੂਰ, ਬਹੁਤ ਜਲਦ ਆਓ ਜ਼ਰੂਰ ਨਾਸਰ ਸਾਹਿਬ।